ਲੁਧਿਆਣਾ ਗੈਂਗਰੇਪ ਮਾਮਲੇ ਵਿੱਚ ਪੁਲਿਸ ਦੀ ਢਿੱਲੀ ਕਾਰਵਾਈ ਨੂੰ ਲੈ ਕੇ ਕਈ ਸਵਾਲ ਚੁੱਕੇ ਜਾ ਰਹੇ ਸੀ, ਜਿਸ ਨੂੰ ਲੈ ਕੇ ਆਈਜੀ ਰੋਪੜ ਰੇਂਜ ਵੱਲੋਂ ਏਐਸਆਈ ਵਿਦਿਆ ਰਤਨ ਨੂੰ ਡਿਸਮਿਸ ਕਰ ਦਿੱਤਾ ਗਿਆ, ਜਦਕਿ ਐਸਆਈ ਜਰਨੈਲ ਸਿੰਘ ਨੂੰ ਸਸਪੈਂਡ ਕਰ ਦਿੱਤਾ ਗਿਆ ਅਤੇ ਨਾਲ ਹੀ ਐਸਐਚਓ ਨੂੰ ਵੀ ਲਾਈਨ ਹਾਜ਼ਰ ਕਰ ਦਿੱਤਾ ਗਿਆ। ਹੁਣ ਵੇਖਣਾ ਇਹ ਹੈ ਕਿ ਪੁਲਿਸ ਇਸ ਮਾਮਲੇ ਨੂੰ ਕਦੋਂ ਤੱਕ ਸੁਲਝਾਉਂਦੀ ਹੈ। ਦੇਖੋ, ਜਿਹੜਾ ਪਹਿਲੇ ਦਿਨ ਆਇਆ ਸੀ ਏਐਸਆਈ ਵਿਦਿਆ ਰਤਨ, ਉਹਨੂੰ 311 ਦੇ ਤਹਿਤ ਡਿਸਮਿਸਲ ਦਿੱਤਾ ਗਿਆ ਔਰ ਐਸਆਈ ਜਰਨੈਲ ਸਿੰਘ ਜਿਹੜਾ ਰਾਤ ਨੂੰ ਉੱਥੇ ਅਵੇਲੇਬਲ ਸੀ, ਜਿਹਦਾ ਵੀ ਉਹਦੀ ਅਣਗਹਿਲੀ ਆਈ ਆ, ਉਹਨੂੰ ਸਸਪੈਂਡ ਕਰਕੇ ਲਾਈਨ ਭੇਜਿਆ ਗਿਆ। ਅਤੇ ਜਿਹੜਾ ਉਸ ਟਾਈਮ ਦੇ ਮੌਕੇ 'ਤੇ ਐਸਐਚਓ ਸੀ, ਜਿਹਦਾ ਵੀ ਕਮੀਆਂ ਪਾਈਆਂ ਗਈਆਂ ਨੇ, ਉਹਨਾਂ ਨੂੰ ਪੁਲਿਸ ਲਾਈਨ ਹਾਜ਼ਰ ਕੀਤਾ ਗਿਆ। 3 ਹੋ ਗਏ ਜੀ।